ਟੂਨਾ ਦੇ ਵਲੌਗ ਉਹਨਾਂ ਸਾਰੇ ਵਧੀਆ ਹੁੰਦੇ ਅਤੇ ਅੱਜ ਮੈਂ ਬਣਾ ਲੱਗੀ ਹੈ ਟੀਚਰਸ ਡੇ 'ਤੇ ਕਿਉਂਕਿ ਪੰਜ ਸਪਤੰਬਰ ਨੂੰ ਆਉਂਦਾ ਵਾ ਟੀਚਰਸ ਡੇ, ਫਿਰ ਹੁਣ ਮੈਂ ਬਣਾ ਲੱਗੀ ਟੀਚਰ ਵਾਸਤੇ ਕਾਰਡ। ਓਕੇ, ਸਭ ਤੋਂ ਪਹਿਲਾਂ ਆਪਾਂ ਨੂੰ ਗੱਤਾ ਲੈ ਲੈਣਾ, ਆਪਾਂ ਕੋਈ ਵੀ ਗੱਤਾ ਲੈ ਸਕਦੇ, ਫਿਰ ਉਹਦੇ ਨਾਲ ਨਾ ਹੈ ਨਾ ਆਪਾਂ ਨੂੰ ਇੱਦਾਂ ਦੇ ਚਾਰ ਪੀਸ ਕੱਟ ਕਰ ਲੈਣੇ, ਪੰਜ ਪੀਸ ਕੱਟ ਕਰ ਲੈਣਾ, ਫਿਰ ਉਹਨੂੰ ਗਲੂ ਨਾਲ ਚਿਪਕਾ ਲੈਣਾ ਇੱਦਾਂ ਕਰਕੇ ਜਿਵੇਂ ਮੈਂ ਚਿਪਕਾਇਆ ਹੈ ਨਾ। ਫਿਰ ਆਪਾਂ ਨੂੰ ਇੱਕ ਸਰਕਲ ਡਰਾ ਕਰਕੇ ਉਹ ਵੀ ਗੱਤੇ ਦਾ ਹੈ ਨਾ ਉਹ ਵੀ ਲੈਣਾ ਵਾ। ਫਿਰ ਆਪਾਂ ਨੂੰ ਇੱਕ ਵਾਈਟ ਸ਼ੀਟ ਲੈਣੀ, ਵਾਈਟ ਸ਼ੀਟ ਨਾਲ ਆਪਾਂ ਹੈ ਨਾ ਇਹਨੂੰ ਕਵਰ ਕਰਨਾ। ਓਕੇ, ਇਹਨੂੰ ਵੀ ਕਵਰ ਕਰਨਾ। ਠੀਕ ਹੈ, ਹੁਣ ਪਹਿਲਾਂ ਕਵਰ ਕਰਨਾ ਇਹਨੂੰ। ਓਕੇ, ਤੇ ਸਰਕਲ ਡਰਾ ਕਰ ਲਿਆ ਵਾ, ਕਿਧਰ ਗਿਆ ਗੱਤਾ, ਆਹ ਵਾਲੇ ਗੱਤੇ ਦਾ ਸਰਕਲ ਡਰਾ ਕਰ ਲਿਆ। ਹੁਣ ਦੂਜੀ ਸ਼ੀਟ 'ਤੇ ਵੀ ਤੁਸੀਂ ਇੱਦਾਂ ਡਰਾ ਕਰ ਲਿਓ, ਫਿਰ ਨਾ ਅੱਗੇ ਅਤੇ ਪਿੱਛੇ ਦੋਨੋਂ ਸਾਈਡ ਲੱਗ ਜੂਗਾ ਸੀਗੇ। ਹੁਣ ਆਪਾਂ ਹੁਣ ਮੈਂ ਸਰਕਲ ਨੂੰ ਕੱਟ ਕਰਕੇ ਫਿਰ ਉੱਥੇ ਚਿਪਕਾ ਲਿਆ, ਆਪਾਂ ਤੁਹਾਨੂੰ ਸਰਕਲ ਕੱਟ ਕਰਕੇ ਦਿਖਾਉਂਦੇ ਹਾਂ। ਫਰੈਂਡਸ, ਹੁਣ ਆਪਾਂ ਕੱਟ ਕਰ ਲਿਆ ਵਾ ਅਤੇ ਹੁਣ ਆਪਾਂ ਇਹਨੂੰ ਉੱਥੇ ਚੇਕ ਦੂਜੀ ਸ਼ੀਟ 'ਤੇ ਨਿਸ਼ਾਨ ਲਾਈ ਜਾਂਦੀ ਹਾਂ। ਤਾਂ ਫਰੈਂਡਸ, ਹੁਣ ਪਾਪਾ ਮੇਰੀ ਹੈਲਪ ਕਰੀ ਜਾਂਦੇ ਕਿਉਂਕਿ ਮੈਂ ਪਾਪਾ ਨੂੰ ਕਿਹਾ ਸੀ। ਫਰੈਂਡਸ, ਹੁਣ ਸਾਡਾ ਸਰਕਲ ਕੰਪਲੀਟ ਹੋ ਗਿਆ ਹੈ ਨਾ। ਹੁਣ ਆਪਾਂ ਇਹਨੂੰ ਸੁੱਕ ਲੈਣ ਦੋ ਮੜਾ ਜਾਨੀ ਖਾਂਗੇ ਬਾਅਦ ਚੋਂ, ਪਰ ਥੋੜੀ ਦੇਰ ਇਹਨੂੰ ਸੁੱਕਣ ਦਿੰਦੇ ਹਾਂ। ਸੁੱਕਣ ਦਿੰਦੇ ਰੱਖ ਦੇਣੇ ਆ, ਚੱਕ ਬਣ ਗਿਆ ਨਾ ਘੈਂਟ। ਹੁਣ ਆਪਾਂ ਇੱਥੇ ਲਿਖਾਂਗੇ ਫਰੈਂਡਸ। ਤਾਂ ਫਰੈਂਡਸ, ਇਹ ਆਪਾਂ ਗੱਤਾ ਕੱਟਿਆ ਸੀ ਵਾਲਾ ਹੈ ਨਾ, ਫਿਰ ਹੁਣ ਆਪਾਂ ਇਹਨੂੰ ਵੀ ਕਵਰ ਕਰਦੇ ਹਾਂ। ਠੀਕ, ਪ੍ਰੋਫੈਸ਼ਨਲ ਕੰਮ ਕਰਨਾ ਇਹ ਪੂਰਾ ਰੰਦ ਕੇ ਫੇਰ ਬਣਾਉਣਾ। ਤਾਂ ਲਓ ਜੀ, ਪੇਜ ਨੂੰ ਕਰੀ ਜਾਂਦੀ ਕਲਰਿੰਗ ਰਵੂ। ਇਹ ਕਹਿੰਦੀ ਪੇਪਰ ਨਹੀਂ ਲਿਆਉਣਾ ਪਿੰਕ, ਅਤੇ ਕਲਰ ਹੀ ਕਰ ਦਿੰਦੇ ਹਾਂ ਆਪਾਂ ਵਾਈਟ ਸ਼ੀਟ 'ਤੇ। ਇਹਦੇ 'ਤੇ ਫਿਰ ਸ਼ੀਟ ਹੀ ਚੜ੍ਹਨੀ ਬਲੈਕ। ਇਹ ਤਾਂ ਬਲੈਕ ਸ਼ੀਟ ਚੜ੍ਹਾਉਣੀ, ਬਲੈਕ ਕਲਰ ਕਰਕੇ, ਬਲੈਕ ਕਲਰ ਦਾ। ਤਾਂ ਲਓ ਜੀ, ਆ ਵੀ ਬਣਾ ਦਿੱਤਾ ਸਟੈਂਡ ਇਹਦਾ, ਆ ਵੀ ਬਣ ਗਿਆ ਕੰਪਲੀਟ। ਹੈਪੀ ਟੀਚਰ ਡੇ। ਪਾਪਾ ਨੇ ਆਪਦੀ ਟੀਚਰਾਂ ਨੂੰ ਕਦੇ ਦਿੱਤਾ ਨਹੀਂ ਹੋਣਾ, ਜਵਾਕਾਂ ਪਿੱਛੇ ਕਰਨਾ ਪੈਂਦਾ। ਸਹੀ ਗੱਲ ਆ, ਸ਼ਹਿਰ ਬਾਜ਼ਾਰੋਂ ਸਮਾਨ ਲੈ ਕੇ ਨਾ ਜਾ ਕੇ ਇਹਦੇ ਵਾਸਤੇ ਇਹਨੀ ਬਣਾ ਕੇ ਦੇਣਾ ਮੈਂ ਟੀਚਰਾਂ ਨੂੰ ਟੀਚਰ ਡੇ ਤੇ। ਤੇ ਰਹੂ ਲੱਗੀ ਆ ਹੁਣ ਫਲਾਵਰ ਬਣਾਉਣਾ, ਉਹਦਾ ਗੂੰਜ ਜੀ ਹੱਥਾਂ ਤੇ ਲੱਗ ਗਈ ਜਿਵੇਂ ਮਾਸ ਉਤਰਦਾ ਹੁੰਦਾ ਹੈ ਉਤਰਦੀ ਵੇਗੀ ਐਂ ਹੁੰਦੀ ਆ ਇਹ ਹਨਾ, ਗੂੰਜ ਹੁੰਦੀ ਮਾਂ ਆ ਵੇ, ਐ ਲੱਗਦਾ ਫੜ ਕੇ ਨਾ ਜਦੋਂ ਐ ਲਾਉਂਦਾ ਐ ਲੱਗਦਾ ਮਾਸ ਫਟਿਆ ਜਾਂਦਾ ਆ ਵੇ। ਆ ਵੇਖੋ ਆ ਦੇਖੋ ਫਰੈਂਡਸ, ਪੁੱਠੇ ਕੰਮ ਕਰ ਪਾਪੇ ਦਾ ਵੀ ਆਮਾ ਪਾਈ ਫਿਰਦੀ। ਪਾਪਾ ਕੀ ਬਣਾਈ ਜਾਂਦੇ ਫਲਾਵਰ, ਬਣ ਗਿਆ ਸਹੀ ਆ।
ਕੈਂਚੀ ਆਪਣੀ ਉਹ ਜੇ ਨਹੀਂ ਉੱਜੀ ਕੈਂਚੀ ਛੋਟੀ ਕੈਂਚੀ ਲੈ ਲਓ ਕੈਂਚੀ ਹੈ ਨਹੀਂ ਲੈ ਦਰਜੀਆਂ ਘਰੇ ਘਰੇ ਹੈਪੀ ਬਰਥਡੇ ਇਹਦੇ ਮਾੜੀ ਗੂੰ ਲਾ ਕੇ ਜੋੜ ਆਨਲਾਈਨ ਕਰਦੇ ਸਾਰੀ ਇਹਦੀ ਹਾਂ ਹੁਣ ਦੀ ਹੋਊਗਾ ਜਿਹੜੇ ਲਾਉਣੇ ਆ ਜੀ ਰਘੂ ਨੇ ਬਣਾ ਲਿਆ ਆਪਣਾ ਕਾਰਡ ਦੇਖੋ ਵਧੀਆ ਡੈਕੋਰੇਟ ਕਰਤਾ ਨਾ ਬਸ ਹੁਣ ਇਹਦੇ ਸਟੈਂਡ ਤੇ ਲਗਾ ਦੂਗੀ ਇਹ ਆਹ ਦੇਖੋ ਹੁਣ ਇਹਦਾ ਸਟੈਂਡ ਬਣਾਇਆ ਇਹਦੇ ਪਾਪਾ ਨੇ ਬਣਾ ਕੇ ਦਿੱਤਾ ਇਹਨੂੰ ਅਤੇ ਬਸ ਇੱਦਾਂ ਕਰਕੇ ਲਗਾ ਵਧੀਆ ਬਣਿਆ ਨਾ ਵੈਸੇ ਤਾਂ ਸਿੰਪਲ ਵੀ ਸਹੀ ਲੱਗਦਾ ਹੁਣ ਅਪੂ ਦਾ ਵੀ ਰੈਡੀ ਕਰੀ ਜਾਂਦੀ ਹੈ ਰਘੂ ਕਾਰਡ ਜੁਗਾੜ ਕਰਨ ਲੱਗੇ ਹੁਣ ਕਟਰ ਤਾਂ ਨਹੀਂ ਲੱਭਿਆ ਸਾਨੂੰ ਸਾਡੇ ਕੋਲੇ ਇੱਕ ਆਹ ਚੀਜ਼ ਸਾਡੇ ਕੋਲੇ ਪਈ ਸੀ ਪੈਰ ਪਾ ਕੇ ਖੜ ਜਾ ਉੱਤੇ ਲੋ ਜੀ ਪੇਜ ਤਾਂ ਅਸੀਂ ਲਾਤੇ ਤੇ ਫੈਬਰਿਕ ਲਾਤੇ ਰੱਖਿਆ ਸੈਂਟਰ ਚ ਨਹੀਂ ਸੈਂਟਰ ਚ ਨਹੀਂ ਲਾਇਆ ਹਾਂ ਸੈਂਟਰ ਚ ਹੀ ਆ ਪੁੱਤ ਨਹੀਂ ਲਾਇਆ ਸੈਂਟਰ ਚ ਆ ਦੇਖ ਲੈ ਮਾੜਾ ਮੋਟਾ ਫਰਕ ਪੈ ਗਿਆ ਪਰ ਉਹ ਹਿੱਲ ਗਈ ਜਦੋਂ ਲਾਇਆ ਸੀ ਕੁਛ ਨਹੀਂ ਇੰਨੇ ਨਾਲ ਕੀ ਹੁੰਦਾ ਪਿੱਛੇ ਕੋਲ ਗੱਤਾ ਸਹੀ ਕਰ ਲਓ ਉਹੀ ਤਾਂ ਗੱਲ ਹੈ ਕਰਮ ਉਹ ਮੈਂ ਬਣਾਇਆ ਬਾਹਰਲੀ ਸਾਈਡ ਤੇ ਅੰਦਰਲੀ ਸਾਈਡ ਸੋਹਣਾ ਬਣ ਗਿਆ ਹੁਣ ਆਪ ਆਵੋ ਨੂੰ ਦੇਵਾਂਗੇ 5 ਤਰੀਕ ਅੱਜ ਹੈਗੀ ਆ 4 ਤਰੀਕ ਜੀ ਰਘੂ ਦਾ ਤੇ ਅਬੂ ਦਾ ਕਾਰਡ ਹੋ ਗਿਆ ਰੈਡੀ ਇਹ ਮੇਰਾ ਕਾਰਡ ਆ ਫਰੈਂਡਸ ਤੇ ਉਹ ਅਬੂ ਦਾ ਸੀ ਹਾਂ ਮੰਮਾ ਮੈਂ ਤੇ ਪਿੱਛੇ ਵੀ ਲਿਖਦਾ ਕੁਝ ਦੇ ਅੱਜ ਹੈਗਾ ਹੈਪੀ ਟੀਚਰਸ ਡੇ ਕੱਲ ਅਸੀਂ ਬਣਾ ਲਏ ਬਹੁਤ ਸਾਰੇ ਕਾਰਡ ਆਪਣੇ ਟੀਚਰਾਂ ਵਾਸਤੇ ਮੈਂ ਇੱਕ ਚੀਜ਼ ਬਣਾਈ ਆ ਆਪਣੇ ਟੀਚਰਾਂ ਵਾਸਤੇ ਆ ਦੇਖੋ ਇਹ ਡੱਬਾ ਬਣਾਇਆ ਇੱਕ ਮੈਂ ਅਬੂ ਨੇ ਬਣਾ ਲਏ ਸੀ ਕਾਰਡ ਦਿਖਾਈਓ ਓਕੇ ਕਿੰਨੇ ਬਣਾਏ ਅਬੂ ਤੁਸੀਂ ਥ੍ਰੀ ਤੇਰੀਆਂ ਥ੍ਰੀ ਮੈਮਸ ਆ ਜਿਹੜੀਆਂ ਪੜ੍ਹਾਉਂਦੇ ਆ ਤੈਨੂੰ ਟੀਚਰ ਠੀਕ ਹੈ ਵਾਓ ਬਹੁਤ ਸੋਹਣਾ ਦੀਦੀ ਨੇ ਹੈਲਪ ਕੀਤੀ ਲੱਗਦੀ ਹੈ ਨਾ ਚੱਲ ਵੱਡੀ ਦੀਦੀਆਂ ਕਰਦੀਆਂ ਹੀ ਹੁੰਦੀਆਂ ਛੋਟੀ ਭੈਣ ਦੀ ਹੈ ਨਾ ਵੀ ਬਹੁਤ ਸੋਹਣਾ ਰਘੂ ਨੇ ਸਾਰੀਆਂ ਮੈਮ ਨਹੀਂ ਬਣਾਏ ਹੈ ਨਾ ਜਿਹੜੇ ਹੈਗੇ ਕਲਾਸ ਪੜ੍ਹਾਉਂਦੇ ਆ ਤੁਹਾਨੂੰ ਟੀਚਰਸ ਸਹੀ ਆ ਸੋਹਣੇ ਆ
ਲਵੋ ਤੁਸੀਂ ਆਪਦਾ ਬਣਾਉਣਾ ਹੋ ਛੇਤੀ ਖਾਓ, ਸਕੂਲ ਜਾਣਾ ਫਿਰ, ਥੋੜ੍ਹਾ ਜਿਹਾ ਖਾ ਲਓ। ਬਹੁਤ ਸੋਹਣੇ। ਚਲੋ ਸਾਰੇ ਅੱਜ ਆਪਣੀਆਂ ਟੀਚਰਸ ਨੂੰ ਦੇ ਦਿਓ ਜਾ ਕੇ, ਹੈਨਾ ਹੈਨਾ ਉਹ। ਦੇ ਫਰੈਂਡਸ, ਹੁਣ ਅਸੀਂ ਨਾ ਟੀਚਰਸ ਦੇ ਤੇ ਇੱਕ ਪੋਇਮ ਵੀ ਪ੍ਰਿਪੇਅਰ ਕੀਤੀ ਆ, ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਰੋਜ਼ ਇਜ਼ ਰੈੱਡ, ਸਕਾਈ ਇਜ਼ ਬਲੂ, ਓ ਮਾਈ ਟੀਚਰ ਆਈ ਲਵ ਯੂ, ਥੈਂਕ ਯੂ, ਹੈਪੀ ਟੀਚਰਸ ਡੇ ਆਲ ਆਫ ਯੂ, ਬਾਏ ਬਾਏ। ਹੁਣ ਅਸੀਂ ਚੱਲੇ ਹਾਂ ਸਕੂਲੇ, ਅਤੇ ਇਸ ਸਾਡਾ ਆਸਰ ਬਹੁਤ ਤੁਹਾਨੂੰ ਵਧੀਆ ਲੱਗਾ ਹੋਵੇ ਅਤੇ ਡੱਕ ਕੇ ਲੈਕਚਰ ਕਰ ਦੇ ਲਿਓ। ਬਾਏ ਬਾਏ, ਤੁਸੀਂ ਬੋਲੋ।